ਅਗਲੀ ਹਾਜ਼ਰੀ ਰੂਹਾਨੀ ਬ੍ਰਦਰ ਸੂਫੀ ਗਾਇਕ ਦਰਬਾਰ 'ਤੇ ਹਾਜ਼ਰੀ ਦਿਨ ਪਹੁੰਚੇ ਨੇ ਅਤੇ ਆਓ ਸੈਂ ਜੀ ਦੇ ਨਾਮ ਦੀ ਕਵਾਲੀਆਂ ਦਾ ਆਨੰਦ ਮਾਣ ਰਹੇ ਹਾਂ। ਅਗਲੀ ਹਾਜ਼ਰੀ ਰੂਹਾਨੀ ਬ੍ਰਦਰਸ। ਹਲੇ 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 ਹਲੇ। ਸੋ ਸਭ ਤੋਂ ਪਹਿਲਾਂ ਸਾਰੀਆਂ ਹੀ ਦਰਬਾਰ 'ਤੇ ਆਈਆਂ ਹੋਈਆਂ ਰੱਬ ਰੂਹਾਂ ਨੂੰ ਜੈ ਮਸਤਾਂ ਦੀ ਇੱਕ ਵਾਰੀ ਕਹਿ ਕੇ ਆਪਾਂ ਸਾਰੇ ਹਾਜ਼ਰੀ ਲਵਾਉਣੀਆਂ ਸਾਰੀਆਂ ਦਰਬਾਰ 'ਤੇ ਆਏ ਹੋਏ ਹਾਂ। ਸੋ ਹਾਜ਼ਰੀ ਲਵਾਉਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇਕਰ ਹਾਜ਼ਰੀ ਨਾਲ ਬਾਈ ਤਾਂ ਦਰਬਾਰ 'ਤੇ ਆਉਣਾ ਜਿਹੜਾ ਸਫਲ ਨਹੀਂ ਹੁੰਦਾ। ਜੇਕਰ ਸਈਆਂ ਦਾ ਬੋਲ ਸੱਚੇ ਦਰਬਾਰ ਕੀ ਜੈ। ਸੋ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਸੋ ਤਾਹੇ ਸਾਰਿਆਂ ਦੇ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸੋ ਇੱਕ ਬਹੁਤ ਹੀ ਖੂਬਸੂਰਤ ਜੀ ਹਾਜ਼ਰੀ ਮਾਨ ਸਾਹਿਬ ਦੇ ਗਾਇਆ ਹੋਇਆ ਖੂਬਸੂਰਤ ਜਿਹਾ ਸੌਂਗ ਕੀ ਬਣੋ ਦੁਨੀਆ ਦਾ ਉਹਨੂੰ ਗਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਜੇਕਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਅਤੇ ਅੰਤ ਵਿੱਚ ਸਾਈਆਂ ਦਾ ਜਕਾਰਾ ਲਾ ਕੇ ਆਪਾਂ ਹਾਜ਼ਰੀ ਫਿਰ ਤੋਂ ਲਵਾਵਾਂਗੇ ਜੀ। ਚਾਦਰ ਕਰੀ ਜਾਣ ਲਈ ਹੋਟਲ ਦੇ ਬਲੇਤ ਚੁਰੀ ਖਵਾ ਕੇ ਹੋ ਤੇ ਮੱਝੀਆਂ ਚਰਾਣੀ ਕਿਧਰ ਜਾ ਰਹੀ ਹੈ ਉਹ ਚੜ੍ਹਦੀ ਜਵਾਨੀ ਕਿਧਰ ਜਾ ਰਹੀ ਉਹ ਸੁਨੋ ਦੀਵਾਨੀ ਕਿਧਰ ਜਾ ਰਹੀ ਕਮਲੀ ਯਾਰ ਦੀ ਕਮਲੀ ਕਮਲੀ ਯਾਰ ਦੀ ਕਮਲੀ ਕਮਲੀ ਯਾਰ ਦੀ
ਚਾਹੀਦਾ ਸਾਜਣਾ ਹੈ ਆਪਣੀ ਹਾਜ਼ਰੀ ਖੂਬਸੂਰਤ ਹਾਜੀ ਲੋਕ ਮਕੇ ਨੂੰ ਜਾਂਦੇ 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 ਤੇ ਮੇਰਾ ਰਾਜਣ ਮਾਹੀ ਮੱਕਾਂ ਨੇ ਕਮਲੀ ਯਾਰ ਦੀ ਕਮਲੀ ਦੀ ਮੈਂ ਕਮਲੀ ਯਾਰ ਦੀ ਕਮਲ ਹੁਣੀ ਮੈਂ ਕਮਲੀ ਯਾਰ ਦੀ ਕਮਲੀ ਦੀ ਮੈਂ ਕਮਲੀ ਯਾਰ ਦੀ ਕਮਲ ਹੁਣੀ ਮੈਂ ਕਮਲੀ ਕਮਲੀ ਨੀ ਮੈਂ ਕਮਲੀ ਕਮਲੀ ਨੀ ਮੈਂ ਕਮਲੀ ਕਮਲੀ ਨੀ ਮੈਂ ਕਮਲੀ ਬੋਲ ਸਾਚੇ ਦਰਬਾਰ ਕੀ ਜੈ ਸ਼ੁਕਰੀਆ ਮੇਰੇ ਭਾਈ ਤਾੜੀ ਮਾਰ ਦਿਆ ਕਰੋ